ਇਸ ਮਹੱਤਵਪੂਰਨ ਔਰ ਇਤਿਹਾਸਕ ਵਿਚਾਰ ਚਰਚਾ ਦੇ ਵਿੱਚ ਪਹੁੰਚੇ ਸਾਡੇ ਆਗੂ ਸਾਹਿਬਾਨ, ਬੁੱਧੀਜੀਵੀ ਔਰ ਆਪ ਸਭ ਸਾਥੀ ਇਸ ਇਤਿਹਾਸਕ ਵਿਚਾਰਕ ਗੋਸ਼ਟੀ ਦੇ ਵਿੱਚ, ਇਸ ਚਰਚਾ ਦੇ ਵਿੱਚ ਸ਼ਾਮਿਲ ਹੋਏ ਹੋ। ਸਭ ਤੋਂ ਪਹਿਲਾਂ ਆਪ ਸਭ ਨੂੰ ਮੇਰੇ ਵੱਲੋਂ ਜੈ ਭੀਮ, ਜੈ ਭਾਰਤ, ਨਮੋ ਵਧਾਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1.5-2 ਸਾਲ ਪਹਿਲਾਂ ਦੀ ਗੱਲ ਆ, ਮੈਨੂੰ ਸਰਦਾਰ ਮਲ ਸਿੰਘ ਜੀ ਉਹਨਾਂ ਦਾ ਫੋਨ ਆਇਆ। ਮੈਂ ਫਗਵਾੜੇ ਤੋਂ ਹਾਂ, ਫਗਵਾੜੇ 'ਤੇ ਬਾਈਕ ਚਲਾ ਰਿਹਾ ਸੀਗਾ ਅਤੇ ਮੈਂ ਬਾਈਕ ਰੋਕ ਕੇ ਇੱਕ ਸਾਈਡ 'ਤੇ ਲਗਾ ਕੇ ਕਾਲ ਜਦੋਂ ਅਟੈਂਡ ਕੀਤੀ ਤਾਂ ਮਲ ਸਿੰਘ ਉਹਨਾਂ ਦਾ ਫੋਨ ਸੀਗਾ। ਉਹ ਇਹਨਾਂ ਦੇ ਨਾਲ ਮੇਰੀ ਇੰਟਰੋਡਕਸ਼ਨ, ਮੇਰੇ ਕੁਛ ਆਰਟੀਕਲਸ ਪੇਪਰਾਂ ਦੇ ਵਿੱਚ ਛਪਦੇ ਰਹੇ ਪਿੱਛੇ ਲਗਾਤਾਰ, ਅਤੇ ਝੱਲੀ ਸਾਹਿਬ ਔਰ ਉਹਨਾਂ ਦੀ ਇੱਕ ਆਈਡੀਅਲ ਫੈਮਿਲੀ ਸਾਰੀ ਇੱਥੇ ਬੈਠੀ ਆ, ਪੈਗਾਮ ਪੇਪਰ ਦੇ ਵਿੱਚ ਉਹ ਮੇਰੇ ਆਰਟੀਕਲ ਛਪ ਰਹੇ ਸੀਗੇ। ਅਤੇ ਮਲ ਸਿੰਘ ਜੀ ਹੁਣੀ ਉਹ ਆਰਟੀਕਲ ਰੈਗੂਲਰੀ ਪੜ੍ਹ ਰਹੇ ਸੀ ਤਾਂ ਉਹਨਾਂ ਨੇ ਉੱਥੋਂ ਮੇਰਾ ਨੰਬਰ ਲੈ ਕੇ ਮੈਨੂੰ ਫੋਨ ਕੀਤਾ, ਤਾਂ ਉੱਥੋਂ ਸਾਡੀ ਗੱਲ ਸ਼ੁਰੂ ਹੋਈ ਫੋਨ ਤੋਂ। ਮੈਂ ਰੋਡ ਦੇ ਕੰਢੇ ਖੜ੍ਹ ਕੇ ਲਗਭਗ 1.25 ਘੰਟਾ ਇਹਨਾਂ ਦੇ ਨਾਲ ਗੱਲ ਚੱਲੀ, ਤਾਂ ਉਹ ਚਰਚਾ ਜਿਹੜੀ ਆ ਉਹ ਵਾਰ ਵਾਰ ਸਾਡੀ ਫਿਰ ਫੋਨ ਦੇ ਉੱਤੇ 1-1 ਘੰਟਾ ਘਰ ਵੀ ਬੈਠੇ। ਔਰ ਇਸ ਕਿਤਾਬ ਦੀ ਜੋ ਵਿਸ਼ਾ ਵਸਤੂ ਹੈ, ਇਸ ਕਿਤਾਬ ਦੀ ਜੋ ਵਿਸ਼ਾ ਵਸਤੂ ਹੈ, ਇਸ ਕਿਤਾਬ ਦਾ ਜੋ ਮੂਲ ਉਦੇਸ਼ ਹੈ ਜਾਂ ਇਸ ਦਾ ਲਿਖਣ ਦਾ ਜੋ ਕਾਰਨ ਹੈ, ਉਸਦੇ ਮਹੱਤਵ ਨੂੰ ਸਮਝਦਿਆਂ ਹੋਇਆ ਮੈਂ ਜਿੰਨਾ ਵੀ ਉਹਨਾਂ ਨੂੰ ਕੋਆਪਰੇਟ ਕਰ ਸਕਦਾ ਸੀ, ਜਿੰਨੀ ਕਿ ਵੀ ਮੇਰੇ ਕੋਲ ਜਾਣਕਾਰੀ ਜਾਂ ਸਮਝ ਸੀਗੀ, ਉਹਦੇ ਆਧਾਰ ਦੇ ਉੱਤੇ ਸਰਦਾਰ ਮਲ ਸਿੰਘ ਉਹਨਾਂ ਨਾਲ ਚਰਚਾ ਕਰਦੇ ਰਹੇ ਅਸੀਂ। ਔਰ ਜਿੱਦਾਂ ਜਿੱਦਾਂ ਅਸੀਂ ਇਸ ਵਿਸ਼ੇ ਦੇ ਉੱਤੇ ਚਰਚਾ ਕਰ ਰਹੇ ਸੀਗੇ, ਇਹਦੇ ਉੱਤੇ ਨਵੇਂ ਨਵੇਂ ਵਿਚਾਰ ਜਿਹੜੇ ਸੀਗੇ, ਨਵੇਂ ਨਵੇਂ ਦਸਤਾਵੇਜ਼ ਜੋ ਸੀਗੇ ਉਹ ਸਾਹਮਣੇ ਆ ਰਹੇ ਸੀਗੇ। ਔਰ ਉਹਨਾਂ ਦਸਤਾਵੇਜ਼ਾਂ ਨੂੰ ਵੀ, ਉਹਨਾਂ ਇਤਿਹਾਸਿਕ ਦਸਤਾਵੇਜ਼ਾਂ ਦਾ ਵਿਸ਼ਲੇਸ਼ਣ ਕਰਕੇ ਕਿਸੇ ਸਿੱਟੇ 'ਤੇ ਪਹੁੰਚਾਉਣ ਦੇ ਲਈ ਜਦੋਂ ਚਰਚਾ ਚੱਲਦੀ ਸੀ ਤਾਂ ਇਸ ਕਿਤਾਬ ਦਾ ਸਾਈਜ਼ ਜੋ ਹੈ ਉਹ ਵੱਧਦਾ ਜਾ ਰਿਹਾ ਸੀਗਾ। ਔਰ ਮਲ ਸਿੰਘ ਜੀ ਹੁਣੀ ਚਿੰਤਿਤ ਸੀਗੇ ਕਿ ਕਿਤਾਬ ਦਾ ਸਾਈਜ਼ ਗਿਆਨਸ਼ੀਲ ਵੱਧਦਾ ਜਾ ਰਿਹਾ ਹੈਗਾ, ਔਰ ਸਾਡੇ ਲੋਕ ਜਿਹੜੇ ਹੈਗੇ ਉਹ ਪੜ੍ਹਨ ਦੇ ਸ਼ੌਕੀਨ ਨਹੀਂ ਹੈਗੇ, ਪੜ੍ਹਨ ਦੀ ਚੇਟਕ ਬਹੁਤ ਘੱਟ ਹੈ ਪੰਜਾਬ ਦੇ ਸਾਡੇ ਲੋਕਾਂ ਨੂੰ। ਅਸੀਂ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਜ਼ਿਆਦਾ ਵਿਸ਼ਵਾਸ ਕਰਦੇ ਹਾਂ, ਆਪਣਾ ਸਮਾਂ, ਆਪਣੀ ਊਰਜਾ, ਆਪਣੀ ਬੁੱਧੀ ਘੱਟ ਖਰਚ ਕਰਕੇ ਅਸੀਂ ਜ਼ਿਆਦਾ ਗ੍ਰਹਿਣ ਕਰਨਾ ਚਾਹੁੰਦੇ ਹਾਂ, ਔਰ ਉਹਦੇ ਬੇਸ ਦੇ ਉੱਤੇ ਅਸੀਂ ਫਿਰ ਬਹਿਸ ਕਰਦੇ ਹਾਂ, ਔਰ ਉਹ ਬਹਿਸ ਫਿਰ ਸਮਾਜ ਵਿੱਚ ਸੱਤਿਆਨਾਸ਼ ਦਾ ਕਾਰਨ ਬਣਦੀ ਹੈ। ਤਾਂ ਮੈਂ ਇਹਨਾਂ ਨੂੰ ਕਿਹਾ ਕਿ ਕਿਤਾਬ ਦਾ ਸਾਈਜ਼ ਵੱਡਾ ਹੋਣ ਦਿਓ, ਉਹ ਚਿੰਤਾ ਦਾ ਵਿਸ਼ਾ ਨਹੀਂ ਹੈਗਾ। ਮੂਲ ਜੋ ਮਕਸਦ ਹੈ ਇਸ ਕਿਤਾਬ ਲਿਖਣ ਦਾ ਉਹ ਸਪਸ਼ਟ ਹੋਣਾ ਚਾਹੀਦਾ, ਕਿਉਂਕਿ ਜਿਹਨਾਂ ਕਾਰਨਾਂ ਕਰਕੇ ਸਮਾਜ ਦੇ ਵਿੱਚ ਦੁਵੇਸ਼ ਫੈਲਿਆ ਹੋਇਆ ਹੈਗਾ, ਸਮਾਜ ਦੇ ਵਿੱਚ ਇੱਕ ਦੂਰੀ ਪਈ ਹੋਈ ਹੈ, ਕੁੜੱਤਣ ਫੈਲੀ ਹੋਈ ਆ, ਇਹ ਜੋ ਵਿਸ਼ਾ ਆ ਧਰਮ ਦਾ ਵਿਸ਼ਾ ਆ, ਔਰ ਧਰਮ ਦੇ ਵਿਸ਼ੇ ਨੂੰ ਲੈ ਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੋ ਕਰਨਾ ਚਾਹ ਰਹੇ ਸੀ ਇਸ ਦੇਸ਼ ਦੇ ਵਿੱਚ, ਜੋ ਇੱਕ ਇਤਿਹਾਸ ਰਚਨਾ ਚਾਹ ਰਹੇ ਸੀਗੇ, ਇਹ ਉਸ ਸ਼ਖਸੀਅਤ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਆਪਾਂ ਇਸ ਕਿਤਾਬ ਦਾ ਲੇਖਨ ਕਰ ਰਹੇ ਹਾਂ। ਅਤੇ ਪੰਨੇ ਵਧਣ ਦੀ ਚਿੰਤਾ ਨਾ ਕਰੋ, ਕਿਉਂਕਿ ਜਿਹਨੇ ਪੜ੍ਹਨਾ ਆ ਉਹ ਭਾਵੇਂ 1000 ਪੇਜ ਦੀ ਵੀ ਕਿਤਾਬ ਹੋਵੇ ਉਹਨੇ ਪੜ੍ਹ ਲੈਣੀ ਹੈ, ਜਿਹਨੇ ਨਹੀਂ ਪੜ੍ਹਨਾ ਉਹਨੂੰ 50 ਪੇਜ ਦੀ ਵੀ ਦੇ ਦਿਉ ਉਹਨੇ ਨਹੀਂ ਪੜ੍ਹਨੀ, ਕਿਉਂਕਿ ਇਹ ਖੋਜ ਪੱਤਰ ਇੱਕ ਤਰ੍ਹਾਂ ਦਾ, ਖੋਜ ਦੇ ਉੱਤੇ, ਰਿਸਰਚ ਦੇ ਬੇਸ ਦੇ ਉੱਤੇ ਇਹ ਕਿਤਾਬ ਲਿਖੀ ਗਈ ਹੈ। ਔਰ ਜਿਹੜੀ ਕੋਈ ਖੋਜ ਹੁੰਦੀ ਹੈ ਉਹ ਕਿਸੇ ਸਿੱਟੇ ਦੇ ਕਿਸੇ ਨਤੀਜੇ 'ਤੇ ਪਹੁੰਚਣੀ ਬੜੀ ਜ਼ਰੂਰੀ ਹੁੰਦੀ, ਬੜੀ ਲਾਜ਼ਮੀ ਹੁੰਦੀ ਹੈ। ਅਤੇ ਉਹ ਕਿਤਾਬ ਅੱਜ ਤੁਹਾਡੇ ਸਾਹਮਣੇ ਆਈ ਹੈਗੀ ਆ,
ਔਰ ਇਹਦਾ ਜੋ ਸੈਂਟਰਲ ਆਈਡੀਆ ਹੈ ਬਾਬਾ ਸਾਹਿਬ ਅੰਬੇਡਕਰ ਹੈ, ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਧਰਮ ਅਪਣਾਉਣ ਨੂੰ ਹਿੰਦੂ ਸੰਸਕ੍ਰਿਤੀ ਹਿੰਦੂ ਕਲਚਰ ਨੂੰ ਛੱਡ ਕੇ ਆਪਣਾ ਧਰਮ ਆਪਣੀ ਸੰਸਕ੍ਰਿਤੀ ਅਡੋਪਟ ਕਰਨ ਦੇ ਵਿਸ਼ੇ ਨੂੰ ਲੈ ਕੇ ਲਿਖੀ ਗਈ ਕਿਤਾਬ ਆ। ਜੋ ਧਰਮ ਹੈ ਜੋ ਸੰਸਕ੍ਰਿਤੀ ਹੈ ਇਹ ਬਹੁਤ ਇੰਪੋਰਟੈਂਟ ਵਿਸ਼ਾ ਹੈ ਮਨੁੱਖੀ ਜੀਵਨ ਦੇ ਵਿੱਚ। ਔਰ ਜਿਸ ਤਰ੍ਹਾਂ ਅੱਜ ਬੁੱਧੀਜੀਵੀ ਸਾਥੀ ਆਪਾਂ ਬੈਠੇ ਇੱਥੇ ਧਰਮ ਦੇ ਵਿਸ਼ੇ ਉੱਤੇ ਗੱਲ ਕਰ ਰਹੇ ਹਾਂ, ਅਸੀਂ ਆਮ ਪਿੰਡਾਂ ਦੇ ਵਿੱਚ ਵੀ ਦੇਖਦੇ ਹਾਂ ਸਾਡੇ ਬਜ਼ੁਰਗ ਸਾਡੇ ਅਨਪੜ੍ਹ ਲੋਕ ਵੀ ਘੱਟ ਸਮਝ ਰੱਖਣ ਵਾਲੇ ਲੋਕ ਵੀ ਸਭ ਤੋਂ ਵੱਧ ਅਗਰ ਇਸ ਦੁਨੀਆਂ ਦੇ ਵਿੱਚ ਚਰਚਾ ਦਾ ਕੋਈ ਵਿਸ਼ਾ ਆ ਨੰਬਰ ਇੱਕ ਦੇ ਉੱਤੇ ਤਾਂ ਉਹ ਧਰਮ ਹੈ। ਔਰ ਇੱਕ ਧਰਮ ਇੱਕ ਇਹੋ ਜਿਹੀ ਚੀਜ਼ ਵਾ, ਇੱਕ ਇਹੋ ਜਿਹਾ ਸਬਜੈਕਟ, ਇੱਕ ਇਹੋ ਜਿਹਾ ਵਿਸ਼ਾ ਆ ਜਿਹਦੇ ਨਾਮ 'ਤੇ ਲਗਭਗ 7 ਅਰਬ ਇਨਸਾਨਾਂ ਦੇ ਵਿੱਚ ਸ਼ਾਂਤੀ ਦੀ, ਭਾਈਚਾਰੇ ਦੀ, ਮਨੁੱਖਤਾ ਦੀ ਗੱਲ ਕੀਤੀ ਜਾਂਦੀ ਹੈ। ਧਰਮ ਦਾ ਵਿਸ਼ਾ ਦਾ ਆਧਾਰ ਕੀ ਹੁੰਦਾ? ਸ਼ਾਂਤੀ, ਭਾਈਚਾਰਾ, ਮਨੁੱਖਤਾ, ਮਾਨਵਤਾ, ਹਿਊਮੈਨਿਟੀ, ਇਹ ਹੁੰਦਾ ਧਰਮ ਦਾ ਮਕਸਦ। ਲੇਕਿਨ ਵਿਡੰਬਨਾ ਇਹ ਆ ਕਿ ਧਰਮ ਦਾ ਜੋ ਵਿਸ਼ਾ ਸ਼ਾਂਤੀ ਲਈ, ਪੀਸ ਲਈ, ਮਾਨਵਤਾ ਦੇ ਲਈ, ਸਮਾਨਤਾ ਦੇ ਲਈ ਹੈ, ਉਸੇ ਧਰਮ ਦੇ ਮੁੱਦੇ ਦੇ ਆਧਾਰ 'ਤੇ ਇਸ ਦੇ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਕਤਲੇ ਗੈਰਤ, ਕਤਲੇ ਆਮ, ਸਭ ਤੋਂ ਵੱਧ ਨਫ਼ਰਤ ਫੈਲਾਈ ਜਾਂਦੀ ਹੈ। ਵਿਡੰਬਨਾ ਵਿਰੋਧਾਭਾਸੀ, ਧਰਮ ਦਾ ਜੋ ਦੂਸਰਾ ਵਿਰੋਧਾਭਾਸੀ ਜੋ ਇਹ ਦੋਧਾਰੀ ਤਲਵਾਰ ਦੀ ਤਰ੍ਹਾਂ ਇਹ ਕੰਮ ਕਰ ਰਿਹਾ ਧਰਮ ਦਾ ਮੁੱਦਾ ਜਿਹੜਾ ਹੈ। ਧਰਮ ਦੇ ਆਧਾਰ ਦੇ ਉੱਤੇ ਹੀ ਸ਼ਾਂਤੀ, ਭਾਈਚਾਰੇ ਔਰ ਸਮਾਨਤਾ ਦੀ ਗੱਲ ਕੀਤੀ ਜਾਂਦੀ ਹੈ। ਧਰਮ ਦੇ ਆਧਾਰ ਦੇ ਉੱਤੇ ਨਫ਼ਰਤ, ਦੁਸ਼ਮਣ ਦੀ, ਦੰਗੇ ਫਸਾਦ ਦੀ ਇਸ ਦੁਨੀਆਂ ਦੇ ਵਿੱਚ, ਇਕੱਲੀ ਇੱਥੇ ਨਹੀਂ, ਇੱਥੇ ਹੀ ਹਿੰਦੂ ਮੁਸਲਮਾਨ ਦਾ ਝਗੜਾ ਨਹੀਂ ਹੈ, ਦੁਨੀਆਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਜੋ ਕਤਲੇ ਗੈਰਤ ਹੋ ਰਹੀ ਹੈ ਉਹ ਵੀ ਧਰਮਾਂ ਦੇ ਆਧਾਰ 'ਤੇ ਹੋ ਰਹੀ ਹੈ। ਔਰ ਇੱਕ ਇਹੋ ਜਿਹੇ ਵਿਸ਼ੇ ਨੂੰ ਆਪਾਂ ਲੈ ਕੇ ਚਰਚਾ ਕਰ ਰਹੇ ਹਾਂ ਅਤੇ ਇਹ ਬਹੁਤ ਸੈਂਸਿਟਿਵ ਵਿਸ਼ਾ ਹੈ। ਹੁਣ ਆਮ ਜਿਹੜਾ ਜਨਮਾਨਸ ਹੈ, ਆਮ ਜੋ ਲੋਕ ਨੇ ਜੋ ਕਿਤਾਬਾਂ ਨਹੀਂ ਪੜ੍ਹਦੇ, ਅਕੈਡਮਿਕਲੀ ਵੀ ਘੱਟ ਪੜ੍ਹੇ ਲਿਖੇ ਦੇ, ਸਾਹਿਤਕ ਪੱਧਰ 'ਤੇ ਤਾਂ ਬਿਲਕੁਲ ਹੀ ਪੜ੍ਹੇ ਲਿਖੇ ਨਹੀਂ ਹੈਗੇ, ਉਹ ਜੋ ਜਨਮਾਨਸ, ਜੋ ਕਰਾਊਡ ਦਾ ਜੋ ਜਨਮਾਨਸ ਆ ਉਹ ਕਿੱਥੋਂ ਬਣਦਾ? ਉਹ ਮਾਨਸਿਕਤਾ ਕਿੱਥੋਂ ਕ੍ਰੀਏਟ ਹੁੰਦੀ ਹੈ? ਕੌਣ ਉਹਨੂੰ ਲੀਡ ਕਰਦਾ ਹੈ? ਉਸ ਮਾਨਸਿਕਤਾ ਦਾ ਇੰਜਣ ਕੌਣ ਹੈ? ਉਹ ਸਮਾਜ ਦਾ ਬੁੱਧੀਜੀਵੀ ਵਰਗ ਹੁੰਦਾ। ਧਰਮ ਦੇ ਖੇਤਰ ਦੇ ਵਿੱਚ ਇੱਕ ਬੁੱਧੀਜੀਵੀ ਨੇ, ਧਰਮ ਦੇ ਵਿੱਚ ਸਕੋਲਰ ਨੇ, ਇਸਲਾਮਿਕ ਸਕੋਲਰ ਨੇ, ਸਿੱਖ ਸਕੋਲਰ ਨੇ, ਬੁੱਧਿਸਟ ਸਕੋਲਰ ਨੇ, ਦੁਨੀਆਂ ਭਰ ਦੇ ਰਿਸਰਚ ਸਕੋਲਰ ਨੇ ਜਿਹੜੇ ਧਰਮ ਦੇ ਉੱਤੇ ਰਿਸਰਚ ਕਰਦੇ ਆ, ਰਾਜਨੀਤਿਕ ਸਕੋਲਰ ਨੇ, ਰਾਜਨੀਤਿਕ ਵਿਦਵਾਨ ਨੇ, ਸਮਾਜਿਕ ਵਿਦਿਆ ਵਿਦਵਾਨ ਨੇ, ਵੱਖਰੇ ਵੱਖਰੇ ਵਿਸ਼ਿਆਂ ਦੇ ਦੁਨੀਆਂ ਦੇ ਵਿੱਚ ਵਿਦਵਾਨ ਪਾਏ ਜਾਂਦੇ ਆ। ਲੇਕਿਨ ਜੋ ਧਰਮ ਨੂੰ ਲੈ ਕੇ, ਜੋ ਰਾਜਨੀਤੀ ਨੂੰ ਲੈ ਕੇ, ਜੋ ਸਮਾਜ ਸ਼ਾਸਤਰ ਨੂੰ ਲੈ ਕੇ, ਕਿਸੇ ਵੀ ਵਿਸ਼ੇ ਨੂੰ ਲੈ ਕੇ ਜੋ ਆਮ ਜਨਮਾਨਸ ਜੋ ਨਿਰਮਾਣ ਹੁੰਦਾ ਆ ਉਹਦੇ ਲਈ ਸਮਾਜ ਦਾ ਬੁੱਧੀਜੀਵੀ ਵਰਗ ਜ਼ਿੰਮੇਵਾਰ ਹੁੰਦਾ। ਹੁਣ ਜਿਸ ਚੀਜ਼ ਨੂੰ ਲੈ ਕੇ ਆਪਾਂ ਚਿੰਤਿਤ ਹਾਂ ਕਿ ਸਾਡਾ ਦੁਸ਼ਮਣ ਜਿਹੜਾ ਆ ਇਸ ਦੇਸ਼ ਦੇ ਵਿੱਚ, ਜਿਹੜਾ ਸਾਡਾ ਵਿਰੋਧੀ ਆ, ਜਿਹਨੂੰ, ਜਿਹੜਾ ਸਾਨੂੰ ਆਪਸ ਦੇ ਵਿੱਚ ਲੜਾ ਰਿਹਾ, ਭਿੜਵਾ ਰਿਹਾ, ਸਾਡੇ ਆਪਸ ਵਿੱਚ ਹੀ ਕਤਲੇ ਗਰਦ ਕਰਵਾ ਰਿਹਾ ਹੈਗਾ, ਤੁਸੀਂ 2 ਅਪ੍ਰੈਲ ਦੀ ਬੰਦ ਤੋਂ ਬਾਅਦ ਦੇ ਵਿੱਚ ਵਾਜਪੇਈ ਦੀ ਮਾਸਟਰ ਸਟ੍ਰੋਕ ਰਾਤ ਨੂੰ 9 ਵਜੇ ABP ਚੈਨਲ ਦੇ ਉੱਤੇ ਆਉਂਦਾ,
ਵਾਜਪੇਈ ਨੇ ਇਹ ਗੱਲ ਅੰਕੜੇ ਦੱਸੇ ਆ, ਕਿਉਂਕਿ ਸਰਕਾਰ ਦੇ ਕੋਲੇ ਅੰਕੜੇ ਆ ਕਿ ਕਿਸ ਜਾਤੀ ਦੇ ਕਿੰਨੇ ਲੋਕ ਰਹੇ ਇਸ ਦੇਸ਼ ਵਿੱਚ। ਜਾਤੀ ਆਧਾਰਿਤ ਅੰਕੜੇ ਸਰਕਾਰ ਦੇ ਕੋਲ ਨੇ, ਉਹ ਜਾਤੀ ਆਧਾਰਿਤ ਜਨਗਣਨਾ ਹੋ ਚੁੱਕੀ ਆ। ਐਸਸੀ ਦੇ ਲੋਕ, ਐਸਟੀ ਦੇ ਲੋਕ, ਓਬੀਸੀ ਦੇ ਲੋਕ, ਮਾਈਨੋਰਟੀਜ਼ ਦੇ ਲੋਕ ਔਰ ਸਵਰਨ ਲੋਕ ਕਿੰਨੇ ਨੇ, ਇਹ ਸਰਕਾਰ ਦੇ ਕੋਲ ਅੰਕੜੇ ਆ। ਵਾਜਪੇਈ ਨੇ ਇਹ ਰਾਤ ਦੇ 9 ਵਜੇ ਦੇ ਸ਼ੋਅ ਦੇ ਵਿੱਚ ਦੱਸਿਆ ਹੈਗਾ ਕਿ ਸਵਰਨਾਂ ਦੀ ਸੰਖਿਆ ਇਸ ਦੇਸ਼ ਦੇ ਵਿੱਚ 9 ਕਰੋੜ ਹੈ। ਅਸੀਂ 15% ਜਿਹਨੂੰ ਕਹਿੰਦੇ ਹਾਂ, ਟੀਵੀ ਚੈਨਲ ਵਾਲਿਆਂ ਨੇ ਉਹਨੂੰ 9 ਕਰੋੜ ਦੱਸਿਆ। ਅਗਰ ਉਹ 121 ਕਰੋੜ ਦਾ ਵਿੱਚੋਂ ਅਗਰ 9 ਕਰੋੜ ਬਣਾ ਰਿਹਾ 2011 ਦੀ ਜਨਗਣਨਾ ਨੂੰ ਆਧਾਰ ਬਣਾ ਕੇ, ਤਾਂ 9 ਕਰੋੜ ਲੋਕ 9% ਵੀ ਨਹੀਂ ਬਣਦੇ, ਜਿਹਨੂੰ ਆਪਾਂ 15% ਕਹਿ ਰਹੇ ਹਾਂ। ਮੈਂ ਆਪਣੀ ਗੱਲ ਨਹੀਂ ਆਖ ਰਿਹਾ, ਮੈਂ ਟੀਵੀ ਚੈਨਲ ਦੀ ਰਿਪੋਰਟ ਦੀ ਗੱਲ ਲਾ ਰਿਹਾ। ਹੁਣ ਉਹ ਜਿਹੜੇ ਲੋਕ ਨੇ ਉਹ ਕਿੰਨੇ ਲੋਕਾਂ ਦੇ ਉੱਤੇ ਹਾਵੀ ਨੇ? 125 ਚੋਂ 9 ਕਰੋੜ ਘਟਾਓ ਤਾਂ ਚਲੋ 10 ਕਰੋੜ ਘਟਾ ਲਓ, 10 ਹੋ ਗਏ ਹੋਣਗੇ। ਹੁਣ 115 ਕਰੋੜ ਲੋਕਾਂ 'ਤੇ ਉਹ ਹਾਵੀ ਨੇ। ਕਿਉਂ ਹਾਵੀ ਨੇ? ਕਿਉਂਕਿ ਉਹ ਜਿਹੜੇ ਲੋਕ ਆ, ਜਿਹੜੇ ਇਹ ਸਾਰਾ ਤੰਤਰ ਦੇ ਉੱਤੇ ਕਾਬਜ ਹੋ ਕੇ ਬੈਠੇ ਆ, ਉਹ ਇੰਸਟੀਟਿਊਸ਼ਨਲ ਤਰੀਕੇ ਨਾਲ ਕੰਮ ਕਰਦੇ, ਉਹਨਾਂ ਦੇ ਵਿੱਚ ਰਿਸਰਚ ਸਕਾਲਰ ਬੈਠੇ ਨੇ ਉਹਨਾਂ ਦੇ ਵਿੱਚ, ਔਰ ਉਹ ਰਿਸਰਚ ਸਕਾਲਰ ਜਿਹੜੇ ਆ ਬੌਧਿਕ ਤੌਰ ਤੇ ਭ੍ਰਸ਼ਟ ਨੇ, ਬਹੁਤ ਹਾਈਲੀ PhD ਸਕਾਲਰ ਨੇ, ਲੇਕਿਨ ਬੌਧਿਕ ਤੌਰ ਤੇ ਉਹਨਾਂ ਦਾ ਜੋ ਮਕਸਦ ਹੈ ਉਹ ਸਵਰਨਾਂ ਨੂੰ ਇਸ ਦੇਸ਼ ਦੇ ਉੱਤੇ ਕਾਬਜ ਬਣਾ ਕੇ ਰੱਖਣ ਲਈ ਹੈ। ਮੈਂ ਜਿਸ ਗੱਲ ਜਿਹੜੀ ਗੱਲ ਕਰ ਰਿਹਾ ਕਿ ਸਾਡਾ ਜੋ ਆਮ ਜਨਮਾਨਸ ਬਣਿਆ ਆ, ਕੀ ਜਨਮਾਨਸ ਬਣਿਆ, ਆਪਾਂ ਕਿਤਾਬ ਦੇ ਵਿਸ਼ੇ ਤੇ ਗੱਲ ਕਰਦੇ ਹਾਂ ਤਾਂ ਕਿ ਹਿੰਦੂ ਸ਼ਡਿਊਲ ਕਾਸਟ, ਖਾਸ ਤੌਰ ਤੇ ਦੁਆਬੇ, ਮੈਂ ਦੁਆਬੇ ਤੋਂ ਆਇਆ ਕਿ ਦੁਆਬੇ ਦੇ ਵਿੱਚ ਜਿਹੜੇ ਸ਼ਡਿਊਲ ਕਾਸਟ ਲੋਕ ਨੇ ਉਹ ਮੈਜੋਰਿਟੀ ਹਿੰਦੂ ਆਪਣੇ ਆਪ ਨੂੰ ਲਿਖਵਾਉਂਦੇ ਆ, ਲਿਖਵਾਉਂਦੇ ਜਦੋਂ ਆ ਉਹ ਆਪਣੇ ਆਪ ਨੂੰ ਹਿੰਦੂ ਲਿਖਵਾਉਂਦੇ ਆ, ਸਰਟੀਫਿਕੇਟ ਉਹਨਾਂ ਦੇ ਕੋਲ ਹਿੰਦੂ ਦਾ ਹੁੰਦਾ ਹੈ, ਲੇਕਿਨ ਉਹ ਲੋਕ ਦੁਆਬੇ ਦੇ ਸ਼ਡਿਊਲ ਕਾਸਟ ਲੋਕ ਜਦੋਂ ਜਨਮ ਤੋਂ ਲੈ ਕੇ ਮਰਨ ਤੱਕ ਦੇ ਕੋਈ ਸੰਸਕਾਰ ਕਰਨੇ ਹੁੰਦੇ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਕਰਦੇ ਆ। ਘਰ ਪ੍ਰਵੇਸ਼ ਤੋਂ ਲੈ ਕੇ ਮਰਨ ਸੰਸਕਾਰ ਤੱਕ ਦਾ 16 ਇਕੱਠ ਕਰਨ ਤੱਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੁੰਦਾ, ਹਰ ਖੁਸ਼ੀ ਗਮੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੁੰਦੀ ਆ, ਲੇਕਿਨ ਕਾਗਜ਼ਾਂ ਦੇ ਵਿੱਚ ਉਹ ਆਪਣੇ ਆਪ ਨੂੰ ਹਿੰਦੂ ਲਿਖਵਾਉਂਦੇ ਨੇ। ਦੁਨੀਆਂ ਦੇ ਵਿੱਚ ਇਹੋ ਜਿਹੇ ਕੌਂਟਰਾਡਿਕਟਰੀ ਧਰਮਾਵਲੰਬੀ ਦੁਨੀਆਂ 'ਚ ਕਿਤੇ ਨਹੀਂ ਮਿਲਣੇ ਕਿ ਇੱਕ ਲਿਖਵਾਉਂਦੇ ਆਪਣੇ ਆਪ ਨੂੰ ਵੱਖਰਾ ਧਰਮ ਦੇ ਨੇ ਔਰ ਮੰਨਦੇ ਅਸਲ ਦੇ ਵਿੱਚ ਵੱਖਰੇ ਧਰਮ ਨੂੰ। ਲੇਕਿਨ ਫਿਰ ਵੀ ਉਹ ਸਿੱਖ ਨਹੀਂ ਰਖਵਾਉਂਦੇ ਆਪਣੇ ਆਪ ਨੂੰ, ਕਿਉਂ ਨਹੀਂ ਰਖਵਾਉਂਦੇ? ਵਜ੍ਹਾ ਹੈ, ਕਾਰਨ ਹੈ। ਹੁਣ ਮਾਲ ਸਿੰਘ ਜੀ ਹੁਣੀ ਦੱਸਿਆ, ਜਿਸ ਬੁੱਧੀਜੀਵੀ ਵਰਗ ਦੀ ਆਪਾਂ ਗੱਲ ਕਰ ਰਹੇ ਸੀ, ਜੋ ਸਮਾਜ ਦਾ ਇੰਜਣ ਹੁੰਦਾ, ਜੋ ਸਮਾਜ ਨੂੰ ਦਿਸ਼ਾ ਦਿੰਦਾ ਹੈ, ਜੋ ਸਹੀ ਦਿਸ਼ਾ, ਜਿਸਦਾ ਫਰਜ਼ ਹੈ, ਜਿਸਦੀ ਡਿਊਟੀ ਆ, ਜਿਸਦੀ ਜ਼ਿੰਮੇਵਾਰੀ ਹੈ ਸਮਾਜ ਨੂੰ, ਆਮ ਜਨਮਾਨਸ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਣ ਦੀ, ਉਸ ਸਮਾਜ ਦੇ ਜੋ ਬੁੱਧੀਜੀਵੀ ਵਰਗ ਦੇ ਜਿਹੜੇ ਲੋਕ ਆਪਣੇ ਆਪ ਨੂੰ ਹਵਾਉਂਦੇ ਨੇ, ਅਗਰ ਉਹਨਾਂ ਦੇ ਕੋਲ ਪ੍ਰੋਪਰ ਜਾਣਕਾਰੀ ਕਿਸੇ ਵਿਸ਼ੇ ਦੀ ਨਹੀਂ ਹੈਗੀ, ਅੱਧੀ ਅਧੂਰੀ ਜਾਣਕਾਰੀ ਕਿਸੇ ਵਿਸ਼ੇ ਨੂੰ ਲੈ ਕੇ, ਉਹ ਵੀ ਖਤਰਨਾਕ ਹੈ। ਗਲਤ ਜਾਣਕਾਰੀ ਤਾਂ ਹੈ ਹੀ ਖਤਰਨਾਕ, ਅੱਧੀ ਅਧੂਰੀ ਜਾਣਕਾਰੀ ਵੀ ਖਤਰਨਾਕ ਹੈ। ਕਿ ਦਲਿਤ ਰਾਈਟਰਾਂ ਦੇ ਨਾਮ ਦੇ ਉੱਤੇ ਆਪਣੇ ਆਪ ਨੂੰ ਬਹੁਤ ਬੁੱਧੀਜੀਵੀ ਅਖਵਾਉਣ ਵਾਲੇ ਬੰਦੇ ਵੀ ਅੱਧੀ ਅਧੂਰੀ ਜਾਣਕਾਰੀ ਦੇ ਆਧਾਰ ਤੇ ਜੋ ਲਿਖਦੇ ਰਹੇ ਆ, ਕਲਮ ਕਿੰਨਾ ਸੱਤਿਆਨਾਸ਼ ਕਰ ਸਕਦੀ ਆ ਔਰ ਕਲਮ ਕਿੰਨਾ ਸੁਧਾਰ ਸਕਦੀ ਆ, ਕਿੰਨਾ ਵਿਗਾੜ ਸਕਦੀ ਆ, ਇਸ ਦੀ ਤਾਕਤ ਆਪਾਂ ਸਮਝ ਸਕਦੇ ਹਾਂ ਕਿ ਸਰਦਾਰ ਕਪੂਰ ਸਿੰਘ ਜੀ ਉਹਨਾਂ ਨੇ
ਦੋ ਵਿਅਕਤੀਆਂ ਦੀ ਚੰਡੀਗੜ੍ਹ ਹਾਈ ਕੋਰਟ ਦੇ ਬਾਰ ਰੂਮ ਦੇ ਵਿੱਚ ਹੋਈ ਚਰਚਾ ਨੂੰ ਜਦੋਂ ਕਲਮ ਬੱਧ ਕਰ ਦਿੱਤਾ, ਉਹ ਇੱਕ ਦਸਤਾਵੇਜ਼ ਦਾ ਰੂਪ ਧਾਰਨ ਕਰ ਲਿਆ ਸੱਚੀ ਸਾਖੀ ਦੇ ਵਿੱਚ, ਔਰ ਉਸ ਨੂੰ ਕੁਛ ਪੂਰਵਾਗ੍ਰਹੀ ਲੋਕਾਂ ਨੇ ਆਧਾਰ ਬਣਾ ਕੇ ਆਮ ਜਨਮਾਨਸ ਦੇ ਵਿੱਚ ਜਦੋਂ ਉਹਦਾ ਪ੍ਰਚਾਰ ਕੀਤਾ ਕਿ ਸਿੱਖਾਂ ਦੇ ਲੀਡਰਾਂ ਨੇ ਤਾਂ ਡਾਕਟਰ ਅੰਬੇਡਕਰ ਨੂੰ ਸਿੱਖ ਨਹੀਂ ਵੰਡ ਦਿੱਤਾ, ਆਖਿਆ ਕਿ ਜੇਕਰ ਅਸੀਂ ਡਾਕਟਰ ਅੰਬੇਡਕਰ ਨੂੰ ਜਾਂ ਉਸਦੇ ਅਨੁਯਾਈਆਂ ਨੂੰ, ਕਰੋੜਾਂ ਅਨੁਯਾਈਆਂ ਨੂੰ ਅਗਰ ਅਸੀਂ ਸਿੱਖ ਬਣਾਤਾ ਤਾਂ ਅਕਾਲ ਤਖ਼ਤ ਚੂੜੇ ਚਮਾਰਾਂ ਦੇ ਹੱਥ ਚਲ ਜਾਊਗਾ। ਇਹ ਵਿਚਾਰ ਫੈਲਿਆ ਕਿੱਥੋਂ ਹੋਈ? ਸਟਾਰਟਿੰਗ ਕਲਮ ਤੋਂ। ਹੁਣ ਉਸ ਕਲਮ ਦੇ ਮਾਧਿਅਮ ਤੋਂ ਇੱਕ ਜੋ ਗਲਤ ਫਹਿਮੀ, ਇੱਕ ਦੂਰੀ ਜੋ ਪੈਦਾ ਹੋਈ, ਉਸ ਨੂੰ ਭਰਨ ਦੀ ਕੋਸ਼ਿਸ਼ ਸਰਦਾਰ ਮਲਜੀਤ ਸਿੰਘ ਹੋਣਾ ਨੇ ਕੀਤੀ। ਕਿਸ ਦੇ ਮਾਧਿਅਮ ਤੋਂ? ਕਲਮ ਦੇ ਮਾਧਿਅਮ ਤੋਂ। ਇਹ ਕਲਮ ਦੀ ਤਾਕਤ ਹੈ। ਹੁਣ ਕਲਮ ਜਿਹੜੀ ਹੈ, ਹੁਣ ਇਹ ਕਿਉਂ ਹੁੰਦਾ? ਕਿਉਂਕਿ ਸਾਡੇ ਜਿਹੜੇ ਲੋਕ ਨੇ ਉਹ ਪੜ੍ਹਦੇ ਬਹੁਤ ਘੱਟ ਨੇ। ਸਮੱਸਿਆ ਇਹ ਹੈ, ਜਿਹੜੇ ਆਗੂ ਬਣੇ ਹੋਏ ਨੇ, ਰਾਜਨੀਤਿਕ ਆਗੂ ਹੋਣ ਚਾਹੇ ਧਾਰਮਿਕ ਆਗੂ ਹੋਣ, ਕਿਸੇ ਵੀ ਤਰ੍ਹਾਂ ਦੇ ਆਗੂ ਹੋਣ, ਪੜ੍ਹਦੇ ਬਹੁਤ ਘੱਟ ਨੇ। ਔਰ ਦੂਸਰੀ ਗੱਲ ਕਿ ਸਾਡੀ ਸਾਂਝੀ ਕੋਈ ਇਹੋ ਜਿਹੀ ਰਿਸਰਚ ਇੰਸਟੀਚਿਊਟ ਨਹੀਂ ਹੈ ਜਿੱਥੋਂ ਅਸੀਂ ਇਸ ਦੇਸ਼ ਦਾ ਅਸਲੀ ਇਤਿਹਾਸ ਖੋਜ ਸਕੀਏ। ਇਸ ਕਿਤਾਬ ਦੇ ਵਿੱਚ ਤਾਂ 1935 ਤੋਂ ਲੈ ਕੇ 1956 ਤੱਕ ਦਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਧਰਮ ਬਦਲੀ ਦੇ ਮੁੱਦੇ ਨੂੰ ਲੈ ਕੇ ਇਤਿਹਾਸ 21 ਸਾਲ ਦਾ ਇਤਿਹਾਸ ਹੈ। ਹੁਣੇ ਜੇ ਸਾਡੇ ਵਿਦਵਾਨ ਬੁਲਾਰੇ ਕਹਿ ਰਹੇ ਸੀਗੇ, ਮੈਂ ਕ੍ਰਿਟੀਸਾਈਜ਼ ਨਹੀਂ ਕਰਦਾ, ਲੇਕਿਨ ਮੈਂ ਸਾਡੀ ਜਾਣੀ ਕਿ ਸਥਿਤੀ ਕੀ ਹੈ, ਉਹ ਕਹਿ ਰਹੇ ਸੀ ਕਿ ਸਾਨੂੰ ਬ੍ਰਾਹਮਣਵਾਦ ਕੀ ਚੀਜ਼ ਹੈ, ਮਨੂਵਾਦ ਕੀ ਚੀਜ਼ ਹੈ, ਸਾਨੂੰ 1984 ਵਿੱਚ ਪਤਾ ਲੱਗਾ ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ। ਉਸ ਤੋਂ ਪਹਿਲਾਂ ਸਾਨੂੰ ਮਨੂਵਾਦ ਔਰ ਬ੍ਰਾਹਮਣਵਾਦ ਕੀ ਸ਼ੈ ਆ, ਇਸ ਦੇ ਬਾਰੇ ਕੋਈ ਪਤਾ ਨਹੀਂ ਸੀ। ਇੱਦਾਂ ਕਿਉਂ ਕਹਿ ਰਹੇ ਅਸੀਂ ਕਿ 1984 'ਚ ਸਾਨੂੰ ਪਤਾ ਲੱਗਾ? ਇਹਦਾ ਕਾਰਨ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਸਹੀ ਢੰਗ ਨਾਲ ਪੜ੍ਹਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਉਹ ਇਤਿਹਾਸਕ ਦਸਤਾਵੇਜ਼ ਹੈ ਜਿਹੜਾ ਬ੍ਰਾਹਮਣਵਾਦ ਦੇ ਖਿਲਾਫ ਪੈਦਾ ਹੋਇਆ, ਔਰ ਇਸੇ ਕਰਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਤੱਤੀਆਂ ਤਵੀਆਂ 'ਤੇ ਚੜ੍ਹਨਾ ਪਿਆ ਹੈ। ਐਵੇਂ ਗੁਰੂ ਅਰਜਨ ਦੇਵ ਸਾਹਿਬ ਨੂੰ ਤੱਤੀ ਤਵੀ 'ਤੇ ਚੜ੍ਹਨਾ ਪਿਆ, ਉਹ ਪਹਿਲਾਂ ਉਹ ਦਸਤਾਵੇਜ਼ ਹੈ। 500 ਪੰਨੇ ਦੀ ਕਿਤਾਬ ਸਾਨੂੰ ਪੜ੍ਹਨੀ ਔਖੀ ਲੱਗ ਸਕਦੀ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਤਾਂ 3 ਦਿਨ ਦੇ ਵਿੱਚ ਪੜ੍ਹ ਜਾਂਦੇ ਹਾਂ, ਲੇਕਿਨ ਸਾਨੂੰ ਸਮਝ ਨਹੀਂ ਆਈ ਕਿਉਂਕਿ ਸਾਡੇ ਜਿਹੜੇ ਧਾਰਮਿਕ ਰਿਸਰਚ ਸਕਾਲਰ ਜਿਹੜੇ ਵਿਦਵਾਨ ਨੇ ਉਹਨਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨਾ ਦਾ ਮੂਲ ਉਦੇਸ਼, ਸਿੱਖ ਧਰਮ ਨਿਰਮਾਣ ਦਾ ਮੂਲ ਉਦੇਸ਼, ਖਾਲਸਾ ਪੰਥ ਦਾ ਮੂਲ ਉਦੇਸ਼ ਸਾਨੂੰ ਸਮਝਾਉਣ ਦੇ ਵਿੱਚ ਸਫਲ ਨਹੀਂ ਹੋ ਸਕੇ। ਇਹ ਲੜਾਈ ਤਾਂ ਬਹੁਤ ਪਹਿਲਾਂ ਦੀ ਹੈ। ਮਨੂਵਾਦ ਜਾਂ ਬ੍ਰਾਹਮਣਵਾਦ ਕੀ ਸ਼ੈ ਹੈ? ਬ੍ਰਾਹਮਣਵਾਦ ਜਾਤਵਾਦ ਦਾ ਨਾਂ ਹੈ। ਜਾਤਪਾਤ ਦੇ ਖਿਲਾਫ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁਛ ਨਹੀਂ ਲਿਖਿਆ। ਬ੍ਰਾਹਮਣਵਾਦ ਊਚ ਨੀਚ ਦਾ ਨਾਮ ਹੈ, ਛੂਆਛਾਤ ਦਾ ਨਾਮ ਆ, ਭੇਦਭਾਵ ਦਾ ਨਾਮ ਹੈ, ਸ਼ੋਸ਼ਣ ਅਤਿਆਚਾਰ ਦਾ ਨਾਮ ਹੈ ਬ੍ਰਾਹਮਣਵਾਦ। ਕੀ ਇਸ ਵਿਸ਼ੇ ਦੇ ਉੱਤੇ ਗੁਰੂ ਸਾਹਿਬ ਸਭ ਕੁਛ ਲਿਖਿਆ ਹੋਇਆ? ਹੁਣ ਗੱਲ ਇਹ ਹੈ ਮੌਜੂਦਾ ਸਮੇਂ ਦੇ ਵਿੱਚ, ਕਿਉਂਕਿ ਆਮ ਤੌਰ 'ਤੇ ਮੈਂ ਪੂਰੇ ਦੇਸ਼ ਭਰ ਦੇ ਵਿੱਚ ਘੁੰਮਦਾ, ਵਿਚਾਰ ਗੋਸ਼ਟੀਆਂ ਅਲੱਗ ਅਲੱਗ ਵਿਸ਼ਿਆਂ 'ਤੇ ਹੁੰਦੀਆਂ, ਅਸੀਂ ਵਿਚਾਰ ਗੋਸ਼ਟੀਆਂ ਕਰਕੇ ਲੰਗਰ ਪਾਣੀ ਛੱਕ ਕੇ ਆਪਣੇ ਆਪਣੇ ਘਰੀ ਬਹਿ ਜਾਂਦੇ, ਜਾ ਕੇ ਉਹ ਜਿਹੜੇ ਲੋਕ ਨੇ ਉਹ ਆਪਣਾ ਕੰਮ ਦਿਨ ਰਾਤ ਕਰਦੇ ਆ। ਅਗਰ 10 ਕਰੋੜ ਲੋਕ ਜਿਹੜੇ 115 ਕਰੋੜ ਲੋਕਾਂ 'ਤੇ ਹਾਵੀ ਆ ਤਾਂ ਉਹਦਾ ਕਾਰਨ ਹੈ, ਕਿਉਂਕਿ ਸਾਨੂੰ ਜਵਾਬ ਨਹੀਂ ਦੇਣਾ ਆਉਂਦਾ ਉਹਨਾਂ ਦੇ ਗਲਤ ਪ੍ਰਚਾਰ ਦਾ, ਉਹਨਾਂ ਦੇ ਭ੍ਰਾਮਕ ਜਵਾਬ ਦਾ ਸਾਨੂੰ ਜਵਾਬ ਨਹੀਂ ਦੇਣਾ ਆਉਂਦਾ, ਔਰ ਸਾਡੀ ਸਾਂਝੀ ਕੋਈ ਇੰਟਲੈਕਚੁਅਲ ਬੈਂਕ ਨਹੀਂ ਹੈਗੀ।
ਸਿੱਖ ਬ੍ਰਾਹਮਣਵਾਦ ਦੇ ਖਿਲਾਫ ਲੜ ਰਿਹਾ, ਈਸਾਈ ਬ੍ਰਾਹਮਣਵਾਦ ਦੇ ਖਿਲਾਫ ਹੈ, ਬੋਧੀ ਪੀੜਿਤ ਵਾ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਿੱਦਾਂ ਹਿੰਦੂ ਪੁਜਾਰੀਆਂ ਨੇ ਕਬਜ਼ਾ ਕੀਤਾ ਹੋਇਆ ਸੀ, ਅੱਜ ਬੋਧੀਆਂ ਦੇ ਧਾਰਮਿਕ ਸਥਾਨ ਤੇ ਬੋਧ ਗਿਆ ਦੇ ਉੱਤੇ ਵੀ ਹਿੰਦੂ ਪੰਡਿਆਂ ਨੇ ਪੁਜਾਰੀਆਂ ਨੇ ਕਬਜ਼ਾ ਕਰਕੇ ਰੱਖਿਆ ਆ। ਗੁਰੂ ਆਪਣੇ ਹਰਿਮੰਦਰ ਸਾਹਿਬ ਵਾਲੀ ਪੋਜੀਸ਼ਨ ਹੈ ਬੋਧ ਗਿਆ ਦੀ, ਅੱਜ ਸਿੱਖ ਪੀੜਿਤ ਹੈ, ਮੁਸਲਮਾਨ ਪੀੜਿਤ ਹੈ, ਕ੍ਰਿਸਚਨ ਪੀੜਿਤ ਹੈ, ਬੋਧੀ ਪੀੜਿਤ ਹੈ, ਸ਼ਡਿਊਲ ਕਾਸਟ ਪੀੜਿਤ ਹੈ, ਸ਼ਡਿਊਲ ਟ੍ਰਾਈਬ ਪੀੜਿਤ ਹੈ, ਓਬੀਸੀ ਪੀੜਿਤ ਹੈ, ਪੀੜਿਤ ਲੋਕਾਂ ਦੀ ਸਾਡੀ ਕੋਈ ਸਾਂਝੀ ਇੰਟਲੈਕਚੁਅਲ ਬੈਂਕ ਨਹੀਂ ਜਦੋਂ ਤੱਕ ਬਣਦੀ, ਉਨਾ ਚਿਰ ਅਸੀਂ ਵਿਅਕਤੀਗਤ ਤੌਰ ਤੇ ਕਿੱਡੇ ਵੀ ਵੱਡੇ ਵਿਦਵਾਨ ਹੋਈਏ, ਕਿੱਡੀਆਂ ਕਿੱਡੀਆਂ ਅਸੀਂ ਕਿਤਾਬਾਂ ਲਿਖ ਲਈਆਂ, ਕੁਛ ਨਹੀਂ ਹੋਣ ਵਾਲਾ। ਸਾਡੀ ਸਮੱਸਿਆ ਇਹ ਆ ਕਿ ਸਾਡੇ ਸਮਾਜ ਵਿੱਚ ਵਿਦਵਾਨ ਤਾਂ ਹੈ, ਬੁੱਧੀਜੀਵੀ ਤਾਂ ਹੈ, ਲੇਕਿਨ ਉਹ ਵਿਅਕਤੀਗਤ ਤੌਰ ਤੇ ਬੁੱਧੀਜੀਵੀ ਆ, ਸਮਾਜਿਕ ਤੌਰ ਤੇ ਹਾਲੇ ਉਹਦਾ ਜੋ ਜਿਸ ਤਰ੍ਹਾਂ ਦਾ ਸਮਾਜਿਕ ਸਾਧਨਾ ਸੰਸਾਧਨਾਂ ਦਾ ਜਿਹੜਾ ਹੈਗਾ ਸਾਡਾ ਇੱਕ ਇੱਕ ਜਗ੍ਹਾ ਤੇ ਆਉਣੇ ਚਾਹੀਦੇ, ਸਾਡੇ ਵਿਚਾਰ, ਸਾਡੀ ਸੋਚ, ਸਾਡਾ ਉਦੇਸ਼ ਇੱਕ ਜਗ੍ਹਾ ਤੇ ਜਿੰਨਾ ਚਿਰ ਨਹੀਂ ਆਉਂਦਾ ਉਹਨੂੰ ਕਿਹਨੇ ਕਰਨਾ? ਉਹ ਬੁੱਧੀਜੀਵੀ ਵਰਗ ਨੇ ਕਰਨਾ। ਬੈਠੋ, ਵਾਰ ਵਾਰ ਬੈਠੋ ਇੱਕੋ ਵਿਚਾਰ ਗੋਸ਼ਟੀ ਵਿੱਚ, ਸਭ ਕੁਛ ਨਹੀਂ ਹੋ ਜਾਣਾ। ਮੁਸਲਮਾਨ ਪ੍ਰਤੀਨਿਧੀ ਵੀ ਆਉਣਗੇ, ਕ੍ਰਿਸਚਨ ਪ੍ਰਤੀਨਿਧੀ ਵੀ ਆਉਣਗੇ, ਸਿੱਖ ਪ੍ਰਤੀਨਿਧੀ ਵੀ ਬੈਠਣਗੇ, ਸ਼ਡਿਊਲ ਕਾਸਟ ਟ੍ਰਾਈਬ ਓਬੀਸੀ ਦੇ ਪ੍ਰਤੀਨਿਧੀ ਵੀ ਬੈਠਣਗੇ। ਬੈਠ ਕੇ ਅਸੀਂ ਕੋਈ ਆਪਣੇ ਇੰਟਲੈਕਚੁਅਲ ਫੋਰਸ ਦਾ ਨਿਰਮਾਣ ਕਰੀਏ, ਸਾਰੇ ਹੱਲ ਨਿਕਲਣਗੇ। ਅਗਰ ਉਹ 10 ਕਰੋੜ ਲੋਕ ਸਾਡੇ ਉੱਤੇ ਹਾਵੀ ਹੈ ਤੇ ਇਹਦਾ ਮਤਲਬ ਇਹ ਨਹੀਂ ਕੋਈ ਬਹੁਤ ਅਕਲਮੰਦ ਹੈ, ਉਹ ਸਾਡੀ ਨਲਾਇਕੀ ਦੀ ਵਜ੍ਹਾ ਕਰਕੇ ਉੱਥੇ ਬੈਠੇ ਨੇ, ਉਹ ਸ਼ਾਸਕ ਨੇ ਬਣੇ ਸਾਡੀ ਨਲਾਇਕੀ ਦੇ ਕਾਰਨ। ਉਹਨਾਂ ਦੇ ਕੋਲ ਕੁਛ ਨਹੀਂ ਹੈ, ਨਿਰਾਲਾ ਸਭ ਕੁਛ, ਉਹਨਾਂ ਦਾ ਇਤਿਹਾਸ ਫਰਜ਼ੀ ਹੈ, ਉਹਨਾਂ ਦੇ ਆਈਡੀਅਲ ਦੇਵੀ ਦੇਵਤਾ ਸਭ ਫਰਜ਼ੀ ਹੈ, ਸਾਡੇ ਕੋਲ ਸਾਰਾ ਕੁਛ ਆਧਾਰ ਹੈ, ਅੱਛੇ ਆਈਡੀਅਲ ਹੈ, ਅੱਛੇ ਮਹਾਂਪੁਰਸ਼ ਹੈ, ਸਭ ਕੁਛ ਹੈਗਾ, ਫਿਰ ਵੀ ਫੇਲ ਹੈ। ਹੁਣ ਇਹ ਕਿਤਾਬ ਜੋ ਆਈ ਆ, ਇਹ ਮੈਂ ਮਲ ਸਿੰਘ ਜੀ ਉਹਨਾਂ ਨੂੰ ਇਹ ਵੀ ਇਹ ਦਰਖਾਸਤ ਕੀਤੀ ਸੀ ਉਹਨਾਂ ਨੂੰ ਖਾਸ ਤੌਰ ਤੇ ਕਿ ਕਿਤਾਬ ਨੂੰ ਜਦੋਂ ਕੰਕਲੂਡ ਕਰਨਾ ਆ, ਇਹ ਕਿਤਾਬ ਦਾ ਸਿੱਟਾ ਪਾਏ ਕੱਢਣਾ ਆ ਕਿ ਜਿਹੜੀ ਸਿੱਖਾਂ ਦੇ ਵਿੱਚ ਔਰ ਸ਼ਡਿਊਲ ਕਾਸਟ ਜਿਹੜੇ ਸਿੱਖ ਨਹੀਂ ਹੈਗੇ ਉਹਨਾਂ ਦੇ ਵਿੱਚ ਇੱਕ ਜਿਹੜੀ ਦੂਰੀ ਬਣੀ ਹੋਈ ਆ, ਉਸ ਦੂਰੀ ਨੂੰ ਆਪਾਂ ਮਿਟਾਉਣਾ ਹੈ, ਇਹ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਹੁਣ ਜਿਹੜੀ ਦੂਰੀ ਬਣੀ ਹੋਈ ਆ ਉਹਦੇ ਵਿੱਚ ਸ਼ਡਿਊਲ ਕਾਸਟਾਂ ਵੱਲੋਂ ਕੀ ਇਸ਼ੂ ਆ? ਜਿਹੜੇ ਸਾਰੇ ਸ਼ਡਿਊਲ ਕਾਸਟ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਮੰਨਣ ਲੱਗ ਪਏ? ਨਹੀਂ, 2-4% ਆ ਜਿਹੜੇ ਸ਼ਡਿਊਲ ਕਾਸਟ, ਜਿਹੜੇ ਬਾਬਾ ਸਾਹਿਬ ਅੰਬੇਡਕਰ ਨੂੰ ਜਾਂ ਜੈ ਜੈਕਾਰ ਕਰਨ ਲੱਗ ਪਏ, ਬਾਬਾ ਸਾਹਿਬ ਦੀ ਸੋਚ ਦਾ ਕੁਛ ਨਹੀਂ ਪਤਾ ਉਹਨਾਂ ਨੂੰ। ਲੇਕਿਨ ਜਿਹੜੇ ਮੰਨਦੇ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ, ਉਹ ਬਾਬਾ ਸਾਹਿਬ ਨੂੰ ਮੰਨਣ ਵਾਲੇ ਸ਼ਡਿਊਲ ਕਾਸਟ ਲੋਕ, ਚਾਹੇ ਉਹ ਬੋਧੀ ਨੇ, ਚਾਹੇ ਉਹ ਆਪਣੇ ਆਪ ਨੂੰ ਹਿੰਦੂ ਅਖਵਾਉਂਦੇ ਨੇ, ਉਹ ਸਿੱਖਾਂ ਦੇ ਬਾਰੇ ਕੀ ਕਹਿੰਦੇ ਨੇ ਕਿ ਇਹਨਾਂ ਨੇ, ਇਹਨਾਂ ਦੇ ਆਗੂਆਂ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਸਿੱਖ ਨਹੀਂ ਬਣ ਦਿੱਤਾ, ਸਾਨੂੰ ਸਿੱਖ ਨਹੀਂ ਬਣ ਦਿੱਤਾ, ਅੱਜ ਗਿਆਨਸ਼ੀਲ ਹੈ ਮੇਰਾ ਨਾਮ, ਬਹੁਤ ਤਾਂ ਸਰ ਜੀ ਹੁਣ ਉਦਾਂ ਹੀ ਬੋਲਿਆ, ਲੇਕਿਨ ਮੇਰਾ ਨਾਮ ਗਿਆਨਸ਼ੀਲ ਹੈ, ਮੈਂ ਅੱਜ ਬੁੱਧਿਸਟ ਹੈ, ਬੌਧ ਹੈ, ਕਿਉਂ ਹੈ? ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸਾਨੂੰ ਕਨਵਿੰਸ ਕੀਤਾ, ਜਿਸ ਤਰ੍ਹਾਂ ਭਾਰਤ ਨੂੰ ਬੋਧ ਲਈ ਬਣਾਉਣ ਦੇ ਲਈ ਉਹਨਾਂ ਨੇ ਬੁੱਧਾ ਐਂਡ ਹਿਸ ਧੰਮਾ, ਬੁੱਧ ਅਤੇ ਉਹਨਾਂ ਦਾ ਧੰਮ ਗ੍ਰੰਥ ਲਿਖਿਆ ਕਿ ਬੁੱਧ ਧਰਮ ਦੇ ਇਤਿਹਾਸ ਨੂੰ, ਉਹਦੀ ਦੇਣ ਨੂੰ, ਉਸਦੇ ਮੂਲ ਮਕਸਦ ਨੂੰ ਸਾਡੇ ਲੋਕ ਸਮਝ ਸਕਣ। ਉਹ ਅਸੀਂ ਪੜ੍ਹਿਆ, ਸਮਝਿਆ, ਬਾਬਾ ਸਾਹਿਬ ਤੋਂ ਸਿੱਖਿਆ, ਅਸੀਂ ਬੋਧੀ ਹੋ ਗਏ। ਅੱਜ ਦੇਸ਼ ਦੇ ਭਰ ਦੇ ਵਿੱਚ ਤੁਸੀਂ ਦੇਖ ਲਓ, ਅੱਜ ਰੋਜ਼ਾਨਾ ਦੀ ਸੰਖਿਆ ਦੇ ਵਿੱਚ ਸੈਂਕੜੇ ਹਜ਼ਾਰਾਂ ਲੋਕ ਜਿਹੜੇ ਆਪਣੇ ਆਪ ਨੂੰ ਹਿੰਦੂ ਅਖਵਾਉਣ ਵਾਲੇ SST OBC ਦੇ ਲੋਕ ਆ, ਉਹ ਬੋਧੀ ਹੋ ਰਹੇ ਆ, ਬਹੁਤ ਧਰਮ ਦੇ ਦੀਕਸ਼ਾ ਸੰਮੇਲਨ ਹੋ ਰਹੇ ਆ। ਨਹੀਂ ਤਾਂ ਕੀ ਹੋਣਾ ਸੀ? ਦੂਸਰੀ ਤਰਫ ਜਿਹੜੇ SST OBC ਦੇ ਲੋਕ ਆਪਣੇ ਆਪ ਨੂੰ ਅੱਜ ਹਿੰਦੂ ਸਮਝਦੇ ਆ, ਉਹ ਲੋਕ ਹੋ ਸਕਦਾ ਅੱਜ ਵੱਡੀ ਤਾਦਾਦ ਦੇ ਵਿੱਚ ਅੱਜ ਸਿੱਖ ਹੁੰਦੇ, ਮੈਂ ਵੀ ਅੱਜ ਦਸਤਾਰ ਸਜਾ ਕੇ ਕਿਰਪਾਨ ਪਹਿਨ ਕੇ ਹੋ ਸਕਦਾ ਤੁਹਾਡੇ ਵਿੱਚ ਖੜਾ ਹੁੰਦਾ, ਕਿਉਂਕਿ ਅਸੀਂ
ਅੱਧੀ ਅਧੂਰੀ ਜਾਣਕਾਰੀ ਦੇ ਸ਼ਿਕਾਰ ਹੁੰਦੇ ਆ, ਗਲਤ ਜਾਣਕਾਰੀ ਦੇ ਸ਼ਿਕਾਰ ਹੁੰਦੇ, ਕਿਉਂਕਿ ਸਾਡਾ ਇੰਟਲੈਕਚੁਅਲ ਬੈਂਕ ਨਹੀਂ ਹੈਗਾ, ਥਿੰਕ ਟੈਂਕ ਨਹੀਂ ਹੈਗਾ ਜਿਹੜੇ ਅਸੀਂ ਇਹਨਾਂ ਦਾ ਨਿਪਟਾਰਾ ਕਰ ਸਕੀਏ। ਇਹ ਹੁਣਾਂ ਮਿਲ ਜੁਲ ਕੇ ਹੀ ਹੈ ਔਰ ਇਹਨੂੰ ਲਗਾਤਾਰ ਇਹਦੇ ਲਈ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਆਪਾਂ ਜਿੱਤਾਂਗੇ, ਬਿਲਕੁਲ ਸਫਲ ਹੋਵਾਂਗਾ। ਜੈ ਭੀਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।